ਸੰਤ ਬਾਬਾ ਹਰਵਿੰਦਰ ਸਿੰਘ ਜੀ ਸ਼ੰਕਰ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਪ੍ਰਭੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਹੈ ਜਿਨ੍ਹਾਂ ਦੀ ਮਿਹਰ ਦੇ ਸਦਕਾ ਸਤਸੰਗਤ ਕਰਨ ਦੇ ਵਡਮੁੱਲੇ ਸਮੇਂ ਸਾਨੂੰ ਪ੍ਰਾਪਤ ਹੋਏ ਨੇ। ਚੰਗੇ ਭਾਗ ਨੇ ਸਾਡੇ, ਚੰਗੇ ਕਰਮ ਨੇ। ਜਦੋਂ ਮਨ ਉਚਾਟ ਹੁੰਦਾ ਹੈ, ਮਨ ਅਸ਼ਾਂਤ ਹੁੰਦਾ ਹੈ, ਉਦੋਂ ਕੋਸ਼ਿਸ਼ ਹੁੰਦੀ ਹੈ ਵੀ ਇਹੋ ਜਿਹੀ ਕੋਈ ਆਤਮਾ ਮਿਲੇ, ਇਹੋ ਜਿਹਾ ਕੋਈ ਸਰੀਰ ਮਿਲੇ ਜਿਹਦੇ ਦਰਸ਼ਨ ਕਰਕੇ, ਜਿਹਦੀ ਸੰਗਤ ਕਰਕੇ ਮਨ ਸ਼ਾਂਤ ਹੋ ਜਾਏ, ਚੈਨ ਆ ਜਾਏ, ਪੀਸ ਆਫ ਮਾਇੰਡ। ਔਰ ਸ਼ਾਂਤੀ ਸਾਧੂ ਦੀ ਸੰਗਤ ਕਰਕੇ ਆਉਂਦੀ ਹੈ। ਗੁਰੂ ਬਾਬਾ ਜੀ ਦੇ ਬਚਨ ਨੇ ਸਾਧ ਬਚਨ ਸੁੱਖ ਪੰਥਾ, ਸਾਧੂ ਦੇ ਬਚਨ ਸੁੱਖ ਦਾ ਮਾਰਗ ਨੇ, ਸੁੱਖ ਦਾ ਪੰਥ ਨੇ। ਪਰ ਮਿਲਦੇ ਕਿਹਨੂੰ ਨੇ? ਲਹੰਤਾ ਵੱਡ ਕਰਮਨਾ, ਜਿਹਦੇ ਵੱਡੇ ਕਰਮ ਨੇ, ਵੱਡੇ ਭਾਗ ਨੇ, ਉਹਨੂੰ ਸਾਧੂ ਦੀ ਸੰਗਤ ਮਿਲਦੀ ਹੈ। ਇੱਥੇ ਤਾਂ ਬਹੁਤ ਸਾਰੇ ਸਾਧੂ ਕਿੱਦਾਂ ਕਿੱਦਾਂ ਦੇ ਅੱਜ ਦਰਸ਼ਨ ਹੋ ਰਹੇ ਨੇ। ਮੰਨੋ ਕਿ ਹਜ਼ੂਰ ਬਾਬਾ ਜੀ ਸ਼ਹਿਰ ਸਾਹਿਬ ਵਾਲੇ ਸਾਡੇ ਪ੍ਰਵਚਨ ਕਰਿਆ ਕਰਦੇ ਸਨ, ਸੰਤ ਮੰਡਲ ਹਰੀ ਦਾ ਵਾਸਾ ਜੋਗੀਆਂ ਦੀ ਇਹੋ ਨਗਰੀ। ਸੰਤ ਮੰਡਲ ਹਰੀ ਦਾ ਵਾਸਾ ਜੋਗੀਆਂ ਦੀ ਇਹੋ ਨਗਰੀ। ਇੱਥੇ ਹਰੀ ਦਾ ਆਪ ਵਾਸਾ ਹੈ ਅਤੇ ਕਿੰਨੇ ਜੋਗੀ ਲੋਕ ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਮਿਲ ਰਹੀ ਹੈ। ਅਤੇ ਸਾਧੂ ਹੁੰਦਾ ਹੀ ਉਹ ਹੈ ਜਿਹਦੇ ਬਚਨ ਸੁਣ ਕੇ ਮਨ ਸ਼ਾਂਤ ਹੋ ਜਾਏ, ਮਨ ਨੂੰ ਚੈਨ ਮਿਲੇ, ਮਨ ਨੂੰ ਸ਼ਾਂਤੀ ਮਿਲੇ। ਅਗਰ ਕੋਈ ਇੱਦਾਂ ਦਾ ਬਚਨ ਕਰਦੇ, ਦੇਖੋ ਧਰਮ ਸਾਰੇ ਨੇ, ਸਾਰੇ ਪਿਆਰ ਸਿਖਾਉਂਦੇ ਨੇ, ਸਾਰੇ ਰੱਬ ਨਾਲ ਜੋੜਦੇ ਨੇ। ਧਰਮ ਤਾਂ ਨਾਮ ਜਪਣਾ ਹੀ ਆ ਇਨਸਾਨ ਦਾ, ਪਰ ਸਭ ਧਰਮ ਰੱਬ ਨਾਲ ਜੋੜਦੇ ਨੇ, ਸਭ ਧਰਮ ਸਤਸੰਗ ਜੀ ਪਿਆਰ ਸਿਖਾਉਂਦੇ ਨੇ। ਅਤੇ ਜਦੋਂ ਸਾਧੂ ਦੇ ਬਚਨ ਸੁਣਾਂਗੇ, ਸਾਧੂ ਦਾ ਬਚਨ ਹੀ ਉਹ ਰੱਬ ਦਾ ਇਲਹਾਮ, ਰੱਬ ਦਾ ਪੈਗਾਮ ਜਿਹੜੇ ਸਾਧੂ ਨੇ ਉਹ ਲੈ ਕੇ ਆਉਂਦੇ ਨੇ। ਜੋ ਬਾਣੀ ਹੈ ਉਹ ਰੱਬ ਦਾ ਇਲਹਾਮ, ਰੱਬ ਦਾ ਪੈਗਾਮ ਹੈ। ਉਸ ਪੈਗਾਮ ਨੂੰ ਸਾਧੂ ਲੋਕ ਕਿਸੇ ਅਗੰਮੀ ਆਨੰਦ ਵਿੱਚ ਬਹਿ ਕੇ ਸੁਣਦੇ ਨੇ। ਉਸ ਇਲਹਾਮ ਨੂੰ ਸੁਣ ਕੇ ਫਿਰ ਸਾਡੇ ਤੱਕ ਲੈ ਕੇ ਆਉਂਦੇ ਨੇ। ਜਿਹੜਾ ਸਾਧੂ ਦਾ ਬੋਲ ਹੈ ਉਹ ਹਮੇਸ਼ਾ ਹੀ ਸ਼ਾਂਤੀ ਦਿੰਦਾ ਹੈ। ਅਤੇ ਜਿਹੜਾ ਸਾਡਾ ਆਪਣੇ ਬਣਾਏ ਹੋਏ ਨੇ, ਜਿਹਨੂੰ ਇੱਕ ਇਤਿਹਾਸ ਕਹਿ ਲਓ, ਇੱਕ ਮਿਥਿਹਾਸ ਕਹਿ ਲਓ, ਮਿਥਿਹਾਸ ਹੁੰਦਾ ਬਣਾਈਆਂ ਹੋਈਆਂ ਗੱਲੀਆਂ ਗੱਲਾਂ, ਘੜੀਆਂ ਹੋਈਆਂ ਬਾਤਾਂ। ਪਰ ਜਿਹੜਾ ਇਤਿਹਾਸ ਹੈ, ਜਿਹੜੇ ਇਲਾਹੀ ਪੈਗਾਮ ਹੈ, ਉਹ ਘੜੇ ਘੜਾਏ ਬਚਨ ਆਉਂਦੇ ਨੇ ਅਤੇ ਜਿੱਥੋਂ ਤੱਕ ਉਹਨਾਂ ਦੀ ਆਵਾਜ਼ ਜਾਂਦੀ ਹੈ ਉੱਥੋਂ ਤੱਕ ਵਾਤਾਵਰਨ ਸ਼ਾਂਤ ਹੋ ਜਾਂਦਾ, ਉੱਥੋਂ ਤੱਕ ਦਿਲਾਂ ਨੂੰ ਮਨਾਂ ਨੂੰ ਸ਼ਾਂਤੀ ਪੁੱਜ ਜਾਂਦੀ ਹੈ। ਪਰ ਜੋ ਕੜਵੇ ਸ਼ਬਦ ਬੋਲ ਕੇ, ਕੋਈ ਇੱਧਰ ਉੱਧਰ ਦੇ ਬੋਲ ਕੇ ਅਸ਼ਾਂਤ ਕਰ ਦੇਣਾ, ਇਹ ਰੱਬ ਦੀ ਬੋਲੀ ਨਹੀਂ। ਸਾਧੂ ਦੇ ਬਚਨ, ਸਾਧੂ ਅਤੇ ਸੰਤ ਸਹਾਈ ਜੀ ਕੇ ਭਵਜਲ ਤਾਰਨਹਾਰ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ। ਇੱਕ ਸਾਧੂ, ਮੈਂ ਸਾਧੂ ਦੀ ਮਹਿਮਾ ਦੇ ਵਿੱਚ ਕੁਝ ਸ਼ਬਦ, ਕੁਛ ਵਾਰਤਾਪ ਜੀ ਨਾਲ ਸਾਂਝੀ ਕਰਾਂਗਾ। ਇੱਕ ਸਾਧੂ ਧਰਮੀ ਰਾਜਾ, ਰਾਜਾ ਜਨਕ ਇਹਦੀ ਨਗਰੀ ਦੇ ਵਿੱਚ ਆਇਆ। ਇਸ ਸਾਧੂ ਨੇ ਇਸ ਇੱਕ ਸਰੋਵਰ ਦੇ ਕੰਢੇ 'ਤੇ ਆਪਣਾ ਆਸਣ ਲਾਇਆ, ਉੱਥੇ ਬਹਿਠ ਕੇ ਉਪਦੇਸ਼ ਕਰ ਰਹੇ ਹਨ। ਬਹੁਤ ਸਾਰੀ ਸੰਗਤ, ਜਿਵੇਂ ਆਪ ਜੀ ਸਜੇ ਹੋ, ਇਸੇ ਤਰ੍ਹਾਂ ਸੰਗਤ ਸਜ ਗਈ। ਔਰ ਮਹਾਂਪੁਰਖਾਂ ਨੇ ਪ੍ਰਵਚਨ ਕੀਤਾ,
ਅਗਰ ਜੇ ਕੋਈ ਇਸਤਰੀ ਆਪਣੇ ਪਤੀ ਵਰਤਾ ਧਰਮ ਦੇ ਵਿੱਚ ਕਾਇਮ ਹੈ, ਆਪਣੇ ਪਤੀ ਦਾ ਸਤਿਕਾਰ ਕਰਦੀ ਹੈ, ਉਹਦੀ ਸੇਵਾ ਦੇ ਵਿੱਚ ਤਤਪਰ ਹੈ, ਔਰ ਜੋ ਖਾਣ ਪਹਿਰਾਨ ਨੂੰ ਮਿਲ ਰਿਹਾ ਹੈ ਉਹਦੇ 'ਤੇ ਸ਼ੁਕਰਗੁਜ਼ਾਰ ਹੈ। ਅਗਰ ਇੱਦਾਂ ਦੀ ਕੋਈ ਇਸਤਰੀ ਹੈ ਪਤੀ ਦੇ ਕਹਿਣੇ ਵਿੱਚ, ਪਤੀ ਦੇ ਡਰ ਵਿੱਚ, ਅਤੇ ਡਰ ਕੋਈ ਇੱਦਾਂ ਦਾ ਨਹੀਂ ਹੁੰਦਾ ਵੀ ਸਾਹਮਣੇ ਬੈਠਾ ਅਤੇ ਡਰ ਹੈ, ਅੱਖਾਂ ਤੋਂ ਓਝਲ ਹੋਏ ਥੋੜ੍ਹਾ ਪਾਸੇ ਹੋਏ ਅਤੇ ਡਰ ਦੂਰ ਕਰਤਾ। ਜਿਹੜੀ ਪਤੀਵਰਤਾ ਇਸਤਰੀ ਹੈ, ਪਤੀ ਪ੍ਰਦੇਸ਼ ਵਿੱਚ ਵੀ ਚਲਾ ਗਿਆ ਅਤੇ ਅੱਜ ਵੀ ਉਹਦੇ ਅੰਦਰ ਡਰ ਹੈ, ਹਾਜ਼ਰ ਨਾਜ਼ਰ ਹੈ। ਜਿਵੇਂ ਆਪਾਂ ਸੁਣ ਰਹੇ ਸੀ ਕਿ ਸਵਾਮੀ ਗੰਗਾਨੰਦ ਜੀ ਸਰੀਰ ਕਰਕੇ ਚਲੇ ਗਏ, ਪਰ ਅੱਜ ਵੀ ਡਰ ਹੈ, ਅੱਜ ਵੀ ਭੈ ਹੈ, ਅਤੇ ਜਿਹਦੇ ਅੰਦਰ ਭੈ ਹੈ ਉਹ ਪਤੀਵਰਤਾ ਹੈ। ਅਤੇ ਜਿਹੜੀ ਪਤੀਵਰਤਾ ਡਰ ਰੱਖਦੀ ਹੈ, ਆਪਣੇ ਪਤੀ ਨੂੰ ਹਾਜ਼ਰ ਨਾਜ਼ਰ ਸਮਝਦੀ ਹੈ, ਅਤੇ ਉਹ ਇੱਕ ਭਗਤ ਹੈ, ਉਹ ਵੀ ਸਾਧੂ ਦੇ ਤੁਲ ਹੈ, ਉਹ ਵੀ ਇੱਕ ਭਗਤ ਹੈ। ਅਤੇ ਜਿਹੜੀ ਐਸੀ ਇਸਤਰੀ ਹੈ ਉਹ ਸਾਧੂ ਕਹਿਣ ਲੱਗਿਆ, ਅਤੇ ਗੁਰਬਾਣੀ ਵਿੱਚ ਵੀ ਲਿਖਿਆ, ਕਹੁ ਨਾਨਕ ਜਨ ਪ੍ਰੀਆ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰ ਗਏ ਪਰਵਾਨਿਆ। ਜਿਹਨੇ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣ ਲਿਆ, ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਪੂਜਾ ਅਤੇ ਸੇਵਾ ਕਰ ਰਹੀ ਹੈ, ਉਹ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੀ ਹੈ। ਕਹੁ ਨਾਨਕ ਜਨ ਪ੍ਰੀਆ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰ ਗਏ ਪਰਵਾਨਿਆ, ਉਹ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੀ ਹੈ। ਸਾਧੂ ਉਪਦੇਸ਼ ਕਰਦੇ ਕਹਿੰਦੇ ਉਸੇ ਤਰ੍ਹਾਂ ਭਗਤ, ਉਸੇ ਤਰ੍ਹਾਂ ਸਾਧੂ। ਭਾਈ ਗੁਰਦਾਸ ਜੀ ਨੇ ਜੈਸੇ ਦੁੱਖ ਸੁੱਖ ਭੂਖ ਸਾਧਨ ਕੈ ਸਾਧ ਭਏ, ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ। ਜਿਹੜਾ ਸਾਧੂ ਹੈ, ਦੁੱਖ ਸੁੱਖ ਭੁੱਖ ਤ੍ਰੇਹ ਬੋਲ ਕਬੋਲ ਸਾਰਾ ਕੁਝ ਸਹਿ ਕੇ ਸਾਧੂ ਬਣਦਾ ਹੈ, ਅਤੇ ਫਿਰ ਉਹ ਜਾ ਕੇ ਜਗਤ ਨੂੰ ਦਾ ਉਧਾਰ ਕਰਦਾ, ਜਗਤ ਨੂੰ ਤਾਰਦਾ। ਜਿਹੜਾ ਇਸ ਤਰੀਕੇ ਨਾਲ ਰੱਬ ਦੇ ਹੁਕਮ ਵਿੱਚ ਚੱਲਦਾ, ਰੱਬ ਦੇ ਕਹਿਣੇ ਵਿੱਚ ਚੱਲਦਾ, ਉਹ ਫਿਰ ਸਤਸੰਗ ਜੀ ਰੱਬ ਦੇ ਘਰ ਵਿੱਚ ਪ੍ਰਵਾਨ ਹੋ ਜਾਂਦਾ। ਇਹ ਬਚਨ ਚੱਲ ਰਹੇ ਸਨ ਕਿ ਇੰਨੇ ਨੂੰ ਇੱਕ ਇਸਤਰੀ ਆਈ ਜਿਹਦਾ ਨਾਮ ਬਾਣੀ ਵਿੱਚ ਲਿਖਿਆ ਪਿੰਗਲਾ, ਉਹਦਾ ਨਾਮ ਪਿੰਗਲਾ ਲਿਖਿਆ, ਅਤੇ ਉਹ ਆ ਗਈ। ਜਿਹਦਾ ਕਿੱਤਾ ਕੀ ਸੀ, ਜਿਹਦਾ ਸਤਸੰਗਤੀ ਨੱਚਣਾ ਅਤੇ ਗਾਉਣਾ, ਪਰਾਏ ਪੁਰਸ਼ਾਂ ਨੂੰ ਖੁਸ਼ ਕਰਨਾ ਉਹਦਾ ਕਰਮ ਸੀ। ਇੱਥੋਂ ਤੱਕ ਕਿ ਪੰਗਤੀ ਲੈ ਲਈ ਹੈ, ਗਣਕਾ ਪਾਪਣ ਹੋਏ ਕਾ ਪਾਪਾਂ ਦਾ ਗਲ ਹਾਰ ਪਰੋਤਾ। ਜਿਹਨੇ ਪਾਪਣ ਬਣ ਕੇ ਪਾਪਾਂ ਦਾ ਹਾਰ ਪਰੋ ਕੇ ਆਪਣੇ ਗਲ ਵਿੱਚ ਪਾ ਲਿਆ ਸੀ, ਇਹ ਵੀ ਇੱਥੇ ਪਹੁੰਚ ਗਈ। ਰਾਤ ਦੀ ਥੱਕੀ ਹੋਈ, ਸ਼ਰਾਬ ਪੀ ਪੀ ਕੇ ਟੁੱਟੀ ਹੋਈ, ਅੱਕੀ ਹੋਈ, ਜਾ ਤੇ ਰਹੀ ਸੀ, ਖੜਨ ਨੂੰ ਜੀ ਤੇ ਨਹੀਂ ਕਰਦਾ ਸੀ, ਪਰ ਸਾਧੂ ਬਚਨ ਸੁਣਾ ਰਹੇ ਸਨ। ਸਾਧੂ ਦੇ ਬਚਨਾਂ ਵਿੱਚ ਐਸੀ ਸ਼ਾਂਤੀ, ਸਤਸੰਗ ਜੀ ਐਸਾ ਆਨੰਦ, ਅਤੇ ਇਹਦੇ ਕਦਮ ਰੁਕ ਗਏ। ਜਦੋਂ ਕਦਮ ਰੁਕੇ ਅਤੇ ਸਾਧੂ ਦੀ ਨਜ਼ਰ ਗਈ, ਅਤੇ ਉੱਥੇ ਫਿਰ ਉਸ ਸਾਧੂ ਨੇ ਇਸ ਦੀ ਰੇਖਾ ਨੂੰ ਪੜ੍ਹਦੇ ਹੋਏ ਉਹਨਾਂ ਫਕੀਰਾਂ ਨੇ ਇੱਕ ਸ਼ਬਦ ਕਹੇ, ਬੋਲ ਕਹੇ, ਅਤੇ ਸਾਧੂ ਦੇ ਬੋਲ ਅਨਿਆਲੇ ਤੀਰ ਹੁੰਦੇ ਹਨ, ਅਨਿਆਲੇ ਤੀਰ। ਹਰ ਪ੍ਰੇਮ ਬਾਣੀ ਮਨ ਮਾਰਿਆ, ਹਰ ਪ੍ਰੇਮ ਬਾਣੀ ਮਨ ਮਾਰਿਆ, ਐਸਾ ਤੀਰ ਮਾਰਿਆ ਸਾਧੂਆਂ ਨੇ ਬੋਲ ਕੇ ਕਿਹਾ, ਅਤੇ ਕੀ ਕਿਹਾ ਸੁਣਿਓ ਜਰਾ। ਉਹ ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਪਾਪਾਂ ਵਾਲੇ ਖੇਤ ਬੀਜ ਲੈ, ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਪਾਪਾਂ ਵਾਲੇ ਖੇਤ ਬੀਜ ਲੈ, ਗੱਜ ਕੇ ਭੈਣਾ ਬੀਜ ਲੈ ਧਰਮ ਵਾਲੀ ਕਿਆਰੀ, ਬੀਜ ਲੈ ਧਰਮ ਵਾਲੀ ਕਿਆਰੀ, ਹੋ ਬੀਜ ਲੈ ਧਰਮ ਵਾਲੀ ਕਿਆਰੀ, ਬੀਜ ਲੈ ਧਰਮ ਵਾਲੀ ਕਿਆਰੀ, ਬੀਜ ਲੈ।
पाप पुन ते जिंदड़िए तेरे जिंदड़िए तेरे तकड़ी च तोले जानगे पाप पुन ते जिंदड़िए तेरे तकड़ी च तोले जानगे पाप पुन ते जिंदड़िए तकड़ी च तोले वाह भाई वाह पाप पुन ते जिंदड़िए तेरे जिंदड़िए तेरे तकड़ी च तोले जानगे पाप पुन ते जिंदड़िए तेरे तकड़ी च तोले जानगे पुन ते जिंदड़िए ਆਪੋ ਆਪਣੀ ਕੇ ਨੇੜੈ ਕੇ ਦੂਰ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀਆਂ ਪੋ ਆਪਣੀ ਕੇ ਨੇੜੈ ਕੇ ਦੂਰ ਐਸੇ ਸਾਧੂ ਤ੍ਰਿਕਾਲ ਦ੍ਰਿਸ਼ ਦਰਸ਼ੀ ਸਾਧ ਸੰਗਤ ਇੱਕ ਦਰਪਣ ਦੀ ਨਿਆਈ ਸਾਧੂਆਂ ਨੇ ਮਸਤਕ ਦੇਖਿਆ ਉਹਦੇ ਕਦਮ ਖਲੋ ਗਏ ਕਦਮ ਖਲੋਏ ਸਾਧੂ ਬਚਨ ਕਰਦੇ ਨੇ ਬਈ ਇਹ ਕੋਲ ਆ ਕੇ ਬੈਠ ਗਈ ਇਹਦੇ ਪਾਪਾਂ ਨੇ ਕੰਬਾਇਆ ਰਾਤ ਦੀ ਥੱਕੀ ਹੋਈ ਹੈ ਟੁੱਟੀ ਹੋਈ ਹੈ ਪਾਪ ਕਰਮ ਕਮਾ ਕਮਾ ਕੇ ਪਰ ਹੁਣ ਕੋਈ ਕਰਮ ਜਾਗ ਪਿਆ ਸਾਧ ਬਚਨ ਸੁਖ ਪੰਥਾ ਲਹੰਤਾ ਵੱਡ ਕਰਮ ਨੇ ਕੋਈ ਵੱਡਾ ਕਰਮ ਇਹਦਾ ਕੋਈ ਜਾਗ ਪਿਆ ਪੂਰਵ ਕਰਮ ਅੰਕੁਰ ਜ ਪ੍ਰਗਟੇ ਪੇਟਿਓ ਪੁਰਖ ਰਸਕ ਵੈਰਾਗੀ ਮੇਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਸਾਧੂ ਤਕਦੀਰਾਂ ਬਦਲ ਦਿੰਦੇ ਨੇ ਸਾਧੂ ਰੇਖ ਵਿੱਚ ਮੇਖ ਮਾਰਦੇ ਨੇ ਸਾਧੂ ਦੀ ਸੰਗਤ ਕਰਨ ਦਾ ਫਾਇਦਾ ਕੀ ਲਾਭ ਕੀ ਇਸੇ ਕਰਕੇ ਸੰਗਤੇ ਲਾਭ ਉਠਾਈਏ ਗੇੜਾ ਕੱਢ ਕੇ ਨਾ ਮੁੜੀਏ ਕੋਈ ਬਚਨ ਐਸਾ ਸੁਣਿਆ ਜਾਏ ਜਿਹਦੇ ਨਾਲ ਤਕਦੀਰ ਬਦਲ ਜਾਏ ਜਿਹਦੇ ਨਾਲ ਜੀਵਨ ਜ਼ਿੰਦਗੀ ਬਦਲ ਜਾਏ ਸਾਧੂ ਐਂ ਬਦਲ ਦਿੰਦੇ ਨੇ ਇਹ ਰੱਬ ਦੇ ਭੇਜੇ ਹੋਏ ਨੇ ਸਾਧੂ ਡਿਊਟੀਆਂ ਲੱਗੀਆਂ ਨੇ ਨਹੀਂ ਤਾਂ ਕਿੱਥੇ ਜਨਮ ਦੇਖੋ ਅਨੰਦਪੁਰ ਸਾਹਿਬ ਦੇ ਨੇੜੇ ਸਵਾਮੀ ਗੰਗਾ ਆਨੰਦ ਜੀ ਦਾ ਡੇਰਾ ਇੱਥੇ ਆ ਕੇ ਲਾਇਆ ਇਹ ਡਿਊਟੀਆਂ ਲੱਗਦੀਆਂ ਨੇ ਸਾਧੂ ਦੀਆਂ ਸੋ ਸਾਧ ਸੰਗਤ ਬਚਨ ਕਰ ਰਹੇ ਨੇ ਇਹ ਕੋਲ ਆ ਕੇ ਬੈਠ ਗਈ ਜਿਹਦਾ ਨਾਮ ਸੀ ਪਿੰਗਲਾ ਅਤੇ ਇਹਨੇ ਆਪਣਾ ਸਾਰਾ ਅੰਦਰ ਦਾ ਜੋ ਇਹਦੇ ਅੰਦਰ ਸੀ ਸਭ ਅਵਗਣ ਖੋਲ੍ਹ ਕੇ ਰੱਖ ਦਿੱਤੇ ਕਿ ਐ ਸਵਾਮੀ ਜੀ ਮੇਰੇ 'ਤੇ ਕਿਰਪਾ ਕਰੋ ਮੈਂ ਤਾਂ ਬਹੁਤ ਪਰਮ ਪਾਪ ਕਮਾ ਚੁੱਕੀ ਹੈ ਇੱਥੋਂ ਤੱਕ ਕਿ ਮੇਰੀ ਜੀਵਨ ਜ਼ਿੰਦਗੀ ਪਾਪਾਂ ਨਾਲ ਭਰ ਚੁੱਕੀ ਹੈ ਹੁਣ ਸਾਧੂਆਂ ਨੇ ਇਹਦੇ ਮਸਤਕ ਵੱਲ ਦੇਖਿਆ ਕਿ ਐਸਾ ਇਹਦਾ ਜੀਵਨ ਇਹਨੇ 'ਤੇ ਪਾਪਾਂ ਦਾ ਹਾਰ ਪਰੋ ਕੇ ਆਪਣੇ ਗਲ ਵਿੱਚ ਪਾਇਆ ਹੋਇਆ ਪਰ ਇਹਨੇ ਬਚਨ ਕੀਤਾ ਅੰਦਰੋਂ ਧਾ ਮਾਰੀ ਹੈ ਅਤੇ ਇਹਦਾ ਉਧਾਰ ਕਰਨਾ ਵੀ ਜ਼ਰੂਰੀ ਹੈ ਸਾਧੂ ਦਇਆਵਾਨ ਹੁੰਦੇ ਨੇ ਸਾਧੂ ਸਤਸੰਗ ਜੀ ਦਇਆ ਦੇ ਸਾਗਰ ਹੁੰਦੇ ਨੇ ਦਇਆ ਕਰ ਲੈਂਦੇ ਨੇ ਕੋਈ ਪਾਪੀ ਲੋਕ ਵੀ ਆ ਜਾਣ ਭਾਵੇਂ ਕਿੰਨਾ ਕੋਈ ਵੈਰ ਵਿਰੋਧ ਰੱਖਣ ਵਾਲਾ ਇੱਕ ਵਾਰੀ ਆ ਜਾਏ ਉਹਨੂੰ ਆਪਣੇ ਗਲ ਨਾਲ ਲਾਉਂਦੇ ਨੇ ਸਾਧੂ ਦਾ ਸੁਭਾਅ ਹੁੰਦਾ ਹੈ ਸਾਧੂ ਦੇ ਗੁਣ ਨੇ ਇਹ ਸਾਧੂਆਂ ਨੇ ਦੇਖਿਆ ਕਹਿਣ ਲੱਗੇ ਬੇਟੀ ਪਾਪ ਤਾਂ ਬਹੁਤ ਕਰ ਚੁੱਕੀ ਹੈ ਔਰ ਤੇਰਾ ਉਧਾਰ
ਹੋਏਗਾ ਤੇ ਜ਼ਰੂਰ, ਪਰ ਤੇਰਾ ਮਨ ਇੰਨੀ ਜਲਦੀ ਸਾਫ਼ ਨਹੀਂ ਹੋਣਾ ਅਤੇ ਤੈਨੂੰ ਹਟਾ ਵੀ ਨਹੀਂ ਸਕਦੇ ਜਿਹੜਾ ਕਰਮ ਤੂੰ ਕਰ ਰਹੀ ਹੈ। ਸਾਡਾ ਇੱਕ ਬਚਨ ਮੰਨ ਲੈ, ਇੱਕ ਬਚਨ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਇੱਕ ਬਚਨ ਕਮਾ ਲੈ ਸਾਡਾ। ਹਾਂ ਸੁਆਮੀ ਜੀ ਦੱਸੋ। ਰੋ ਕੇ ਬੇਨਤੀ ਕੀਤੀ ਅਤੇ ਸਾਧੂ ਕਹਿਣ ਲੱਗੇ, ਫਕੀਰ ਸਾਈਂ ਬੇਟੀ ਸੁਣ, ਪਾਪ ਕਰਮ ਤੂੰ ਬਹੁਤ ਕੀਤੇ ਨੇ, ਅੱਜ ਤੋਂ ਬਾਅਦ ਤੇਰੇ ਕਮਰੇ ਦੇ ਵਿੱਚ ਜੋ ਵੀ ਸਰੀਰ ਆਵੇ, ਪਰ ਪੁਰਸ਼ ਆਵੇ, ਜਿਹੜਾ ਸੰਧਿਆ ਹੋਣ ਦੇ ਤਰਕਾਲਾਂ ਪੈਣ 'ਤੇ ਜਿਹੜਾ ਤੇਰੇ ਕਮਰੇ ਵਿੱਚ ਆ ਜਾਏ, ਉਹਨੂੰ ਆਪਣਾ ਪਤੀ ਸਮਝ ਕੇ ਸੇਵਾ ਕਰੀ। ਦੂਜੇ ਵੱਲ ਦੇਖੀ ਵੀ ਨਾ, ਪਤੀ ਸਮਝ ਕੇ ਉਹਦੀ ਸੇਵਾ ਕਰੀ। ਐਦਾਂ ਦਾ ਕਰਮ ਇਹ ਬਚਨ ਨਿਭਾ ਦੇਈ ਅਤੇ ਇੱਕ ਦਿਨ ਆਵੇਗਾ ਅਤੇ ਤੇਰਾ ਉਧਾਰ ਵੀ ਹੋ ਜਾਏਗਾ। ਲਓ ਜੀ ਕਿਰਪਾ ਹੋ ਗਈ। ਇਹ ਪਿੰਗਲਾ ਆਪਣੇ ਕਮਰੇ 'ਚ ਗਈ, ਘਰ ਗਈ, ਕੋਠਾ ਬਣਾਇਆ ਸੀ ਇਹਨੇ, ਉੱਪਰ ਚੜ੍ਹੀ ਪੌੜੀਆਂ ਜਾ ਕੇ ਇਹਦੀਆਂ ਨੌਕਰਾਣੀਆਂ ਰੱਖੀਆਂ ਸਨ, ਉਹਨਾਂ ਨੂੰ ਕਹਿਣ ਲੱਗੀ, ਜਾਓ ਤੁਹਾਨੂੰ ਅੱਜ ਤੋਂ ਬਾਅਦ ਛੁੱਟੀ, ਮੈਂ ਨਹੀਂ ਰੱਖ ਸਕਦੀ ਤੁਹਾਨੂੰ। ਉਹ ਕਹਿਣ ਲੱਗੀਆਂ, ਕੀ ਭਾਈ ਸਾਥੋਂ ਕੋਈ ਗਲਤੀ ਹੋ ਗਈ? ਕਹਿੰਦੇ ਨਹੀਂ, ਗਲਤੀ ਤੁਹਾਡੇ ਤੋਂ ਨਹੀਂ ਹੋਈ, ਮੈਂ ਇਹ ਪੇਸ਼ਾ ਬੰਦ ਕਰਤਾ, ਹੁਣ ਬਸ ਮੈਂ ਪੇਸ਼ਾ ਇਹ ਬੰਦ ਕਰ ਦਿੱਤਾ, ਇਸ ਕਰਕੇ ਤੁਹਾਨੂੰ ਹੁਣ ਮੈਂ ਤਨਖਾਹ ਨਹੀਂ ਦੇ ਸਕਦੀ, ਕਿਤੇ ਹੋਰ ਜਾ ਕੇ ਨੌਕਰੀ ਕਰੋ। ਸਾਰਾ ਕਮਰਾ ਸਾਫ਼ ਕੀਤਾ, ਬੈੱਡ ਸਾਫ਼ ਕੀਤਾ, ਬਿਸਤਰਾ ਸਾਫ਼ ਕੀਤਾ, ਆਲਾ ਦੁਆਲਾ ਸਾਫ਼ ਕਰ ਦਿੱਤਾ। ਉਹ ਅੱਜ ਪਿੰਗਲਾ ਸੱਜ ਕੇ ਬਹਿ ਗਈ ਹੈ। ਸ਼ਾਮ ਨੂੰ ਪੁਰਸ਼ ਆਇਆ, ਉਹਨੂੰ ਉਹਦਾ ਸਤਿਕਾਰ ਕੀਤਾ, ਪਤੀ ਵਾਂਗ ਸਤਿਕਾਰ ਕੀਤਾ ਅਤੇ ਸਾਧ ਸੰਗਤ ਜੀ ਆਏ ਬਥੇਰੇ, ਪਰ ਕਿਸੇ ਲਈ ਦਰਵਾਜ਼ਾ ਨਹੀਂ ਖੋਲ੍ਹਿਆ, ਕਿਸੇ ਨੂੰ ਬੁਲਾਇਆ ਨਹੀਂ, ਪਿੱਛੇ ਮੋੜ ਦਿੱਤਾ। ਕਰਦਿਆਂ 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 ਸਾਧ ਸੰਗਤ 12 ਸਾਲ ਲੰਘ ਗਏ। 12 ਸਾਲ ਸਾਧੂ ਦਾ ਬਚਨ ਕਮਾਇਆ, 12 ਸਾਲ ਬਾਅਦ ਅੱਜ ਵਿਸ਼ਨੂੰ ਭਗਵਾਨ ਜੀ ਇੱਕ ਬਜ਼ੁਰਗ ਦਾ, ਇੱਕ ਸਾਧ ਸੰਗਤ ਜੀ ਵੱਡੀ ਉਮਰ ਦਾ ਰੂਪ ਧਾਰਨ ਕਰਕੇ ਆ ਗਏ ਨੇ। ਤਰਕਾਲਾਂ ਪਈਆਂ ਨੇ, ਪੌੜੀਆਂ ਚੜ੍ਹ ਗਏ, ਬੜਾ ਸਤਿਕਾਰ ਕੀਤਾ, ਪੈਰ ਕੁੱਟੇ, ਗਰਮ ਪਾਣੀ ਦਿੱਤਾ। ਪਰ ਅੱਜ ਇਹ ਫਰਜ਼ੀ ਤੌਰ 'ਤੇ ਬਜ਼ੁਰਗ ਦੇ ਰੂਪ ਵਿੱਚ ਬਣਿਆ ਹੋਇਆ ਵਿਸ਼ਨੂੰ ਭਗਵਾਨ ਜਦੋਂ ਬਿਸਤਰੇ 'ਤੇ ਪਿਆ, ਰਾਤ ਪਈ ਅਤੇ ਬਿਮਾਰ ਪੈ ਗਿਆ। ਐਸਾ ਬਿਮਾਰ ਪਿਆ ਕਿ ਦਸਤ ਲੱਗ ਗਏ, ਦਸਤ ਲੱਗੇ ਸਤਸੰਗ, ਪਰ ਇਹਨੇ ਨੱਕ ਨਹੀਂ ਫੇਰਿਆ। ਇੱਥੇ ਬਥੇਰੇ ਲੋਕ ਨੇ ਸਾਡੇ, ਆਪਣੇ ਨੱਕ ਵੱਟ ਜਾਂਦੇ ਨੇ, ਪਾਸਾ ਵੱਟ ਜਾਂਦੇ ਨੇ, ਪਰ ਇਹਨੇ ਨੱਕ ਨਹੀਂ ਫੇਰਿਆ, ਪਾਸਾ ਨਹੀਂ ਵੱਟਿਆ। ਸਾਰੀ ਰਾਤ ਸਫਾ ਸਫਾਈ ਕਰਦੀ ਰਹੀ, ਸਾਰੀ ਰਾਤ ਸੇਵਾ ਕਰਦੀ ਰਹੀ। ਜਦੋਂ ਦਿਨ ਚੜ੍ਹਿਆ, ਪਉ ਫਟਾਲਾ ਹੋਇਆ ਅਤੇ ਇਹ ਫਰਜ਼ੀ ਬਣਿਆ ਹੋਇਆ ਬਜ਼ੁਰਗ ਵਿਸ਼ਨੂੰ ਭਗਵਾਨ ਚੜ੍ਹਾਈ ਕਰ ਗਿਆ, ਮਰ ਗਿਆ। ਜਦੋਂ ਚੜ੍ਹਾਈ ਕੀਤਾ, ਇਹ ਬੇਸ਼ਵਾ ਪਿੰਗਲਾ ਰੋ ਰਹੀ ਹੈ ਤਾਹਾਂ ਮਾਰ ਮਾਰ ਕੇ, ਪਰ ਇਹਦੀ ਸੇਵਾ 'ਚ ਜੋ ਆਨੰਦ ਆਇਆ, ਉਹ ਘਰ ਵਿੱਚ ਸੇਵਾ ਕੀਤੀ ਅਤੇ ਆਨੰਦ ਨਹੀਂ ਆਇਆ, ਘਰ ਵਿੱਚ ਸੇਵਾ ਕੀਤੀ ਅਤੇ ਗੱਲ ਨਹੀਂ ਬਣੀ, ਪਰ ਅੱਜ ਇੰਨੀ ਸੇਵਾ ਦਾ ਆਨੰਦ ਅਤੇ ਰਸ ਆ ਰਿਹਾ ਜਿਹੜਾ ਕਿਤੋਂ ਨਹੀਂ ਆ ਰਿਹਾ। ਸੋ ਸਤਸੰਗ ਜੀ ਸੇਵਾ ਕੀਤੀ ਉਸੇ ਤਰ੍ਹਾਂ। ਕਹਿਣ ਲੱਗੀ ਉਹ ਬੇਸ਼ਵਾ, ਮੈਂ ਇਹਦੀਆਂ ਸਹੇਲੀਆਂ ਆਈਆਂ, ਕਹਿਣ ਲੱਗੀਆਂ ਦੇਖੋ ਕਿੱਦਾਂ ਰੋ ਰਹੀ ਹੈ ਇੱਕ ਬਜ਼ੁਰਗ ਨੂੰ, ਕਿੱਦਾਂ ਇਹ ਪੈਸੇ ਦੀ ਮਾਰੀ। ਕਹਿੰਦੀ ਨਹੀਂ, ਇਹ ਮੇਰਾ ਪਤੀ ਸੀ, ਸਾਧੂ ਨੇ ਬਚਨ ਦਿੱਤਾ, ਮੇਰਾ ਪਤੀ ਸੀ, ਮੈਂ ਆਪਣੇ ਪਤੀ ਨੂੰ ਰੋ ਰਹੀ ਹੈ। ਸੋ ਸਤਸੰਗ ਅਰਥੀ ਤਿਆਗ ਕੀਤੀ, ਨਾਲ ਸਤੀ ਹੋਣ ਵਾਸਤੇ ਸੰਧੌਰਾ ਪਕੜ ਲਿਆ, ਜਾ ਰਹੀ ਹੈ। ਜਦੋਂ ਚਿਖਾ 'ਤੇ ਪਾ ਦਿੱਤਾ ਉਹਨੂੰ, ਅਤੇ ਸਤਸੰਗ ਜੀ ਇਹਨੇ ਬਹੁਤ ਰੋਕਿਆ, ਪਰ ਨਹੀਂ ਰੁਕੀ, ਮੈਂ ਤਾਂ ਇਹਦੇ ਨਾਲ ਹੀ ਸਤੀ ਹੋਣਾ ਹੈ। ਜਦੋਂ ਸਤੀ ਹੋਣ ਵਾਸਤੇ ਪਿੱਛੇ ਹੋਣ ਲੱਗੀ, ਅਤੇ ਸਤਸੰਗ ਚਿਖਾ 'ਤੇ ਪਾਇਆ ਹੋਇਆ ਵਿਸ਼ਨੂੰ ਭਗਵਾਨ ਉੱਠ ਕੇ ਖੜ੍ਹਾ ਹੋ ਗਿਆ, ਉੱਠ ਕੇ ਖੜ੍ਹਾ ਹੋਇਆ। ਸਤਸੰਗ ਜੀ ਇਹ ਬੇਸ਼ਵਾ ਕੋਲ ਗਈ, ਨਮਸਕਾਰ ਕੀਤੀ। ਸਤਸੰਗ ਜੀ ਵਿਸ਼ਨੂੰ ਭਗਵਾਨ ਜੀ ਆਪਣੇ ਅਸਲੀ ਰੂਪ ਵਿੱਚ ਆਏ, ਅਸਲੀ ਰੂਪ ਵਿੱਚ ਆ ਕੇ ਕਹਿਣ ਲੱਗੇ, ਬੇਟੀ ਮੰਗ ਕੀ ਮੰਗਣਾ ਹੈ, ਤੇਰੀ ਸੇਵਾ ਪ੍ਰਵਾਨ ਹੋ ਗਈ। ਅਤੇ ਇਹਨੇ ਚਰਨਾਂ 'ਤੇ ਨਮਸਕਾਰ ਕੀਤੀ ਅਤੇ ਕਹਿਣ ਲੱਗੀ, ਸਵਾਮੀ ਜੀ ਜਿਹਦਾ ਪਤੀ ਵਿਸ਼ਨੂੰ ਭਗਵਾਨ ਹੋਵੇ ਉਹਨੂੰ ਹੋਰ ਮੰਗਣ ਦੀ ਲੋੜ ਹੀ ਕੀ ਹੈ, ਜਿਹਦਾ ਸਤਸੰਗ ਜੀ ਪਤੀ ਵਿਸ਼ਨੂੰ ਭਗਵਾਨ ਹੋਵੇ ਉਹਨੂੰ ਮੰਗਣ ਦੀ ਕੀ ਲੋੜ ਹੈ, ਅਤੇ ਕਿਰਪਾ ਕਰਿਓ ਮੈਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਅਤੇ ਮੇਰਾ ਉਧਾਰ ਕਰ ਦਿਓ। ਅਤੇ ਉਸ ਸਮੇਂ ਵਿਸ਼ਨੂੰ ਭਗਵਾਨ ਜੀ ਕਹਿੰਦੇ, ਹਾਂ ਬੱਚੀ ਤੇਰਾ ਉਧਾਰ। ਅਤੇ ਉਹਨੇ ਫਿਰ ਆਪਣਾ ਬਾਕੀ ਦਾ ਰਹਿੰਦਾ ਜੀਵਨ ਪਤੀਵਰਤਾ ਧਰਮ ਦੇ ਵਿੱਚ ਸੇਵਾ ਸਿਮਰਨ ਵਿੱਚ ਬਤੀਤ ਕੀਤਾ। ਅਤੇ ਜਿਹਨੇ ਫਿਰ ਬਾਕੀ ਬਾਅਦ ਵਿੱਚ ਲਿਖਿਆ, ਮੈਨੂੰ ਬੌਰੀ ਨੂੰ ਕੋਈ ਨਾ ਸਮਝ ਆਈ, ਮੈਨੂੰ ਬੌਰੀ ਨੂੰ ਕੋਈ ਨਾ ਸਮਝ ਆਈ, ਨਾ ਹੀ ਹੋਮੇ ਦੀ ਭੀਤ ਨੂੰ ਢਾਇਆ ਮੈਂ,
ਹੀਰੇ ਲਾਲਾਂ ਦੀ ਕੋਈ ਨਾ ਪਰਖ ਕੀਤੀ, ਘਾਟਾ ਬਹੁਤ ਸਵਾਸਾਂ ਦਾ ਪਾਇਆ ਮੈਂ, ਬੌਰੀ ਝੁਰੀ ਨਾ ਕੀਤੇ ਔਗਣਾਂ ਨੂੰ, ਨਾ ਹੀ ਕੱਲਿਆਂ ਬੈਸ ਪਛਤਾਇਆ ਮੈਂ, ਖਾਣ ਪੀਣ ਸ਼ਿੰਗਾਰ ਨਾਲ ਪਿਆਰ ਕੀਤਾ, ਨਾ ਹੀ ਰੱਬ ਨਾਲ ਲਾਡ ਲੜਾਇਆ ਮੈਂ, ਝੂਠੇ ਜਗਤ ਨੂੰ ਆਪਣਾ ਸਮਝ ਬੈਠੀ, ਇੱਕ ਸਮਝਿਆ ਰਾਮ ਪਰਾਇਆ ਮੈਂ, ਝੂਠੇ ਜਗਤ ਨੂੰ ਆਪਣਾ ਜਾਣ ਬੈਠੀ, ਇੱਕ ਸਮਝਿਆ ਰਾਮ ਪਰਾਇਆ ਮੈਂ। ਸੋ ਜਿਹਨੇ ਸਾਰੀ ਜੀਵਨ ਜ਼ਿੰਦਗੀ ਸਾਧੂਆਂ ਦਾ ਬਚਨ ਕਮਾਇਆ ਅਤੇ ਸਤਸੰਗ ਜੀ ਅਖੀਰ ਫਿਰ ਔਰ ਉਧਾਰ ਹੋਇਆ, ਪਾਰ ਉਤਾਰਾ ਹੋਇਆ, ਜਿਹਨੂੰ ਬਾਣੀ ਵਿੱਚ ਲਿਖਿਆ ਅਜਾਮਲ ਪਿੰਗਲਾ ਲੋਭਤ ਕੁੰਚਰ ਗਏ ਹਰ ਕੇ ਪਾਸ, ਜਿਨ੍ਹਾਂ ਦਾ ਉਧਾਰ ਹੋਇਆ। ਸੋ ਸਾਧੂ ਐਸੇ ਹੁੰਦੇ ਨੇ, ਸਾਧੂ ਦੀ ਸੰਗਤ ਕਰਨ ਦਾ ਇਹ ਫਲ ਹੈ। ਸੋ ਉਹ ਮੈਂ ਕੁਛ ਕੁ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਨੇ। ਇਸ ਸਮੇਂ ਦੌਰਾਨ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਕਰਨੀ, ਸਾਧੂ ਸਤਿਗੁਰੂ ਔਰ ਸਤਿਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਮਹਾਂਪੁਰਖਾਂ ਦਾ ਬਹੁਤ ਵੱਡਾ ਮੁੱਲਾ ਯੋਗ ਹੈ ਜੋ ਅਲੱਗ ਅਲੱਗ ਸਾਧੂ ਪੇਸ਼ ਕਰ ਰਹੇ ਹਨ। ਸੋ ਮੈਂ ਇਸ ਵਿਸ਼ੇ 'ਤੇ ਬੋਲਿਆ, ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਦਾ, ਸਵਾਮੀ ਸ਼ੰਕਰਾਨੰਦ ਜੀ ਦਾ ਧੰਨਵਾਦ, ਹਾਰਦਿਕ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।